स्वागत है किसान वीरों तुहाडा सिद्क डेयरी फार्मिंग दे विच। किसान वीरों अज जिहड़ी वीडियो बना रहे हैं पिंड बरगाड़ी जैतो तहसील ते जिला फरीदकोट कोटकपुरे तो बठिंडे जदों जाने वाया बाजाखाना तो मेन हाईवे दे उत्ते मेन सड़क दे उत्ते पिंड आउंदा है, एक कस्बा आउंदा है। जिहड़े घर चों वीडियो बना रहे हैं दसो, बहुत वीडियो बाई कोलों बनाईआं ते कट्टियां झोटियां दा वपार वीर करदे आ। अज की जी वीडियो वो तीन कट्टिया सामने तुम देख रहे हो, तो इन्हों बिना एक इन्ह को इतने बुल है, एक झोटा एक कट्टा भी आया विक्री वास्ते। सो नग दोस्तों चार दिखाऊंगा वीडियो दे, लास्ट तक वीडियो देख लियो, जिहड़ा नग चंगा लग्या उ खरीद लियो, पर तसली तुसी करनी है। शुरुआत करते हैं एक वक्रे जे रंग तो दोस्तों, जी है बुरी मन्नांगे पर ज़्यादा रंग चिट्टा जिहा दिसदा इहदा इसे कट्टी तो, उदू बाद एक करके नग दूजे भी दिखा देंगे। मिलते हैं बाई नूं, करदे हां गल्लां बातां। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਉਹਨੂੰ ਕਾਫੀ ਲੇਟ ਹਾਜ਼ਰੀ ਲਵਾਈ ਹੈ, ਕਾਫੀ ਜ਼ਹਿਰਾ ਬਾਲ ਮਿਲਦਾ ਨਹੀਂਗਾ ਪਿੰਡਾਂ 'ਚ, ਮਹਿੰਗਾ ਹੋਇਆ ਹੋਇਆ। ਅੱਛਾ, ਘੱਟ ਮਿਲਦੀਆਂ? ਹਾਂ ਘੱਟ ਮਿਲਦੀਆਂ ਜੀ। ਠੀਕ ਹੈ ਜਿਹੜੀ ਇਹ ਪਹਿਲੇ ਨੰਬਰ ਤੇ ਕੱਟੀ ਭਾਈ, ਦੰਦੋ ਕਿਵੇਂ? ਦੰਦੋ ਖੀਰੀ ਹੈ ਜੀ, ਇਹ ਚਿੱਟੇ ਰੰਗ ਜਾਂ ਬੂਰੀਆਂ ਵੀ ਪਾ ਕੇ ਦੇਖੀਆਂ ਆਪਾਂ। ਅੱਛਾ, ਹਾਂ ਮੈਂ ਖਾਇਦ ਕੀ ਚਿੱਟੀ ਪਾ ਕੇ ਵੇਖਦੇ। ਕੀ ਰੇਟ ਰਹੂਗਾ ਇਹਦਾ? ਰੇਟ ਇਹਦਾ 32,000 ਹੈ। ਖੋਲੀ ਨੂੰ। ਸੋ ਦੋਸਤੋ ਰੰਗ ਭਾਈ ਕਹਿੰਦਾ ਵੀ ਵਾਈਟ ਹੈ, ਬੂਰੀਆਂ ਕੱਟੀਆਂ ਪਹਿਲਾਂ ਵੇਚੀਆਂ ਤੇ ਅੱਜ ਚਿੱਟੇ ਰੰਗ ਦੀ ਕੱਟੀ ਵੇਚਦੇ ਆ। बत्ती हज़ार इहदा रेट है, वजन इहदा काफ़ी है दसो, तो हाइट ये तुसी इहदा अंदाजा ला लो भी किन्नी कर जूगी। ढांचा खुला डुला ही रहूगा ये लिया भाई। सो ये दसो पहले नंबर ते कट्टी बूरे वाले पासे मान लो, भावें चिट्टी कट्टी समझ लो, जे वाल इहदे जिहड़े उह वाइट है, वैसे ब्राउन कलर इहदा होना चाहीदा सी। चार थाना दसो तो चारे थान जिहड़े उह सोहणे दिसदे आ। सो ये पहले नंबर ते, इस तों बाद तुहानूं मुरा नसल दिखाउणे आ जिहड़ियां कालियां हुंदियां, थाने दे पहलां दिखा दईए तुहानूं, जिथों तुसीं इहदे थान देख सकदे हो। ओके भाई, तो आपनूं इह जिहड़ी दो नंबर ते कट्टी भाई, ਇਹ ਵੀ ਖੀਰੀ ਹੋਈ ਹੈ ਜੀ, 6 ਸਾਲ ਦੀ ਹੈ। ਇਹਦਾ ਰੇਟ ਕੀ ਰਹਿਣਾ? ਇਹਦਾ ਵੀ 32,000 ਹੀ ਹੈ। ਤੋਰੀ ਨੂੰ। ਸੋ 32,000 ਹੀ ਇਹਦਾ ਰੇਟ ਆ ਦੱਸੋ, ਤੇ ਇਹ ਵੀ ਦੰਦੋਂ ਖੀਰੀ ਹੈ, 1.5 ਸਾਲ ਉਮਰ, ਸਿੰਘ ਨਾਲ ਹੀ ਮੁੜਿਆ ਹੋਇਆ ਪਰ ਹਜੇ ਕੁੰਡਾ ਇਹਨੇ ਪੂਰਾ ਕਰਨਾ ਹੈ ਕਿਉਂਕਿ ਉਮਰ ਛੋਟੀ ਹੈ, ਤਾਂ ਸਿੰਘ ਅਜੇ ਪੂਰਾ ਮੁੜੂਗਾ। ਢਾਂਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ, ਸੰਕਲਿਤ ਲਿਆਰਾ ਹੀ ਹੁਣ ਪਾ ਸਹੀ ਹੈ, ਲਿਆਰੇ ਦੀ ਹਲਕਤ ਕਰਦੀ ਹੈ, ਤੁਸੀਂ ਉਹਨੇ ਥਾਣ ਦੇਖ ਲਓ ਇਹਦੇ, ਇਦਾਂ ਦੇ ਥਾਣ ਆ ਦੱਸੋ। ਸੋ ਦੋਸਤੋ ਇਹਨੂੰ ਹੁਣ ਸੰਗਲ ਨਾਲ ਤੋਰ ਕੇ ਦੇਖਦੇ ਹਾਂ ਕਿਉਂਕਿ ਤਲਿਆਰੇ ਦੀ ਇਹ ਅਲਕਤ ਮਨਾਉਂਦੀ ਹੈ ਕੱਟੀ। ਸੰਗਲ ਪਾਏ ਹੁੰਦੇ ਆ ਜ਼ਿਆਦਾਤਰ ਘਰਾਂ ਦੇ ਵਿੱਚ, ਬਾ ਮੋੜ ਲਾ ਬਾਈ ਇੱਥੋਂ, ਉਹ ਜਦੋਂ ਤਲਿਆਰਾ ਪਾਉਂਦੇ ਆ ਤਾਂ ਫਿਰ ਇਹ ਪਸ਼ੂ ਔਲ ਮਨਾਉਂਦੇ ਆ, ਉਸ ਚੀਜ਼ ਨੂੰ ਓਪਰਾ ਸਮਝਦੇ ਆ। 32,000 ਰੇਟ ਹੈ, ਬਹੁਤ ਸੋਹਣੀ ਝੋਟੀ ਆ ਦੱਸੋ, ਇਹ ਢਾਂਚੇ ਵੱਲੋਂ ਵੀ ਅਤੇ ਥੱਲੋਂ ਥਣਾਂ ਵਾਲੇ ਪੱਖ ਤੋਂ ਵੀ ਜੇ ਆਪਾਂ ਇਹਨੂੰ ਦੇਖੀਏ ਤਾਂ ਬੜੀ ਚੰਗੀ ਦਿਸਦੀ ਹੈ। ਬਾਕੀ ਥਣ ਤੁਹਾਨੂੰ ਵੀਡੀਓ 'ਚ ਦਿਖਾ ਦੇਣੇ ਬਈ, ਥਾਣੇ ਦੇ ਦਿਖਾਈ ਮੜੇ। ਸੋ ਜਦੋਂ ਸਾਈਡ ਨੂੰ ਜਾਊਗੀ ਤਾਂ ਤੁਸੀਂ ਇਹਦੇ ਥਣ ਇੱਥੋਂ ਦੇਖ ਲਓਗੇ। ਬਸ ਠੀਕ ਹੈ ਬਈ, ਓਕੇ ਓਕੇ। ਸੋ ਇਹਦੋਂ ਅੱਗੇ ਤੁਹਾਨੂੰ ਇੱਕ ਹੋਰ ਝੋਟੀ ਦਿਖਾਉਣੇ ਆ, ਤੁਹਾਨੂੰ ਇਹਦੀ ਉਮਰ ਕਿਵੇਂ ਆ ਦੰਦੋ? ਇਹਦੀ ਖੀਰੀ ਹੈ ਜੀ, 1.5 ਸਾਲ ਦੀ ਹੈ। ਕੀ ਰੇਟ ਰਹੂਗਾ ਇਹਦਾ? ਇਹਦਾ 33,000 ਹੈ ਜੀ ਤੋਰੀ। ਸੋ ਰੇਟ ਇਹਦਾ 33,000 ਅਤੇ ਦੰਦੋ ਖੀਰੀ ਹੈ, ਸਿੰਘ ਕੁੰਡਾ ਹੀ ਹੈ। ਢਾਂਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ, ਬਾ ਮੋੜ ਲਵੇ। ਸੋ ਸੋਹਣਾ ਸਟਰਕਚਰ ਇਹਦਾ ਵੀ ਰਹਿਣਾ। ਇਹਦੂ ਬਾਅਦ ਚ ਲਾਸਟ ਉੱਤੇ ਇੱਕ ਤੁਹਾਨੂੰ ਕੱਟਾ ਇੱਕ ਝੋਟਾ ਦਿਖਾਉਣੇ ਆ ਦੱਸੋ, ਵਿਕਰੀ ਵਾਸਤੇ ਬਾਈ ਕੋਲ ਆਇਆ ਹੋਇਆ। ਇਹਦੀ ਉਮਰ ਕਿੰਨੀ ਕੱਟ? ਇਹ ਬਈ 1.5 ਸਾਲ ਦਾ ਹੈਗਾ। ਠੀਕ ਹੈ, ਸਟਰਾ ਵੀ ਫੋਨ ਦਿੱਤਾ ਨਾਲ। ਠੀਕ ਹੈ, ਆਵੇਗਾ ਜੀ। ਠੀਕ ਹੈ, ਸੋ ਦੋਸਤੋ ਇਹਦੇ ਤੇ ਜਿਹੜਾ ਸਟਰਾ ਦੇ ਉੱਤੇ ਡਿਟੇਲ ਆ, ਉਹ ਨਵਾਬ ਬੁੱਲ ਦਾ ਇਹ ਬੱਚਾ, ਹਿਸਾਰ ਬੋਵਨ ਹਿਸਾਰ ਸਪਰਮ ਬਾਇਓਟੈਕ ਸੁਰਿੰਦਰ ਸੰਸਨੀਵਾਲ ਦੀ ਜਿਹੜੀ ਸੀਮਨ ਬੈਂਕ ਦੇ ਵਿੱਚ ਸਰਸਵਤੀ ਦਾ ਬੱਚਾ ਨਵਾਬ ਹੈ, ਉਹਦਾ ਇਹ ਕੱਟ ਹੈ। ਇਹਦਾ ਰੇਟ ਕੀ ਰਹਿਣਾ? ਇਹਦਾ 34,000 ਰੁਪਈਆ ਜੀ ਤੋਰੀ। ਸੋ ਇਹਦਾ ਰੇਟ 34,000 ਹੈ, ਤੇ ਇਹ ਦੱਸੋ 1.5 ਸਾਲ ਇਹਦੀ ਉਮਰ ਹੈ, ਸਿੰਘ ਕੁੰਡਿਆਂ ਦਾ ਹੈ, ਨਵਾਬ ਬੁੱਲ ਦਾ ਬੱਚਾ ਦੱਸੋ ਇਹ, HSB ਸੀਮਨ ਬੈਂਕ ਵੱਲੋਂ ਜਿਹੜਾ ਸੀਮਨ ਆਉਂਦਾ ਨਵਾਬ। ਸੋ ਬਾਕੀ ਤੁਸੀਂ ਇਨਫੋਰਮੇਸ਼ਨ ਬਾਈ ਤੋਂ ਲੈ ਲਓ। ਲਿਆ ਬਾਈ,
सोहना कट्टा है ढांचे का, सिंग ये भी बिल्कुल छोटे है कुंडे सिंगा का। स्ट्रक्चर ये देख सकते हो इदा दी बनावट है। दसो बाकी आके फाइनल कर लो जो वीर खरीदना चाहूगा। सो मेहरबानी दसो वीडियो देखने वास्ते नग जो इन्हों चो जचे कट्टी झोटी जो भी तुम खरीदना आपकी तसली करके खरीद लो मेहरबानी।